ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਰੀਏ ਪੈਕਿੰਗ। ਗਾਹ ਤਾਂ ਕੱਦਾ ਪਿਆ ਹੋਇਆ ਜਦ ਬਾਹਰਲੇ ਟੂਰ ਨੂੰ ਜਾਣਾ, ਤੁਸੀਂ ਵੀਡੀਓ ਦੇਖ ਹੀ ਲਈ ਹੋਣੀ ਆ। ਕਿਆ ਸਾਡਾ ਨਾ ਥੋੜ੍ਹਾ ਜਿਹਾ ਬੈਗ ਖਰਾਬ ਹੋ ਗਿਆ ਤਾ? ਕਿਆ ਤੇਲ ਲਾਇਆ ਫਿਰ ਇਹਨੂੰ? ਇਹ ਬਾਹਰ ਨਿਕਲਦਾ ਨਹੀਂ ਤਾ ਹੈਗਾ। ਹੈ ਇਹ ਹੈਂਡ ਬੈਗ ਬਣ ਜੂਗਾ। ਹੋਰ ਤੁਹਾਨੂੰ ਨਿਕਲ ਗਿਆ ਬਾਹਰ? ਹੋ ਗਿਆ ਸੈੱਟ? ਹਲੇ ਵੀ ਫਸਦਾ ਵਿੱਚ? ਹੈ ਪੈਟਰੋਲ ਲਾਉਣਾ ਤਾਂ ਪੈਟਰੋਲ ਹੈ, ਪੈਟਰੋਲ ਲਾ ਦੇ, ਪੈਟਰੋਲ ਨਾਲ ਨਿਕਲ ਆਉਣਾ। ਜਿਹਦੇ ਵਿੱਚ ਨਾ ਇੱਕ ਛੋਟੀ ਛੋਟੀ ਜਿਹੀ ਗੋਲੀਆਂ ਹੁੰਦੀਆਂ, ਉਹ ਵਿੱਚ ਅੜਕਦੀਆਂ। ਮੈਂ ਤਾਂ ਬੜਾ ਜ਼ੋਰ ਮਾਰਿਆ, ਪਿੱਤੇ ਪੱਟ ਨਹੀਂ ਹੋਇਆ, ਕਹਿੰਦੇ ਮੈਂ ਪੱਟੇ ਲੈਣਾ ਜ਼ੋਰ ਨਾਲ। ਆਹ ਦੇਖੋ ਇਹਦੇ ਵਿੱਚ ਨਾ ਇੱਥੇ ਗੋਲੀਆਂ ਜਿਹਾ ਹੈ ਨਾ, ਅਰੇ ਇੱਥੇ ਜਿਹੜੀਆਂ ਗੋਲੀਆਂ ਜਿਹੀਆਂ ਹੁੰਦੀਆਂ ਹਾਂ, ਉਹਦੇ ਵਿੱਚ ਮੈਂ ਫਿਰ ਤੇਲ ਜਾਂ ਵਿੱਚ ਨਾ ਪੈਟਰੋਲ ਜਿਹੇ ਨਾਲ ਜਰ ਲੱਗ ਗਈ ਇਹਨਾਂ ਨੂੰ ਮਨਾ। ਚੱਲ ਇੱਧਰ ਲਿਆ ਫਿਰ ਕਰੀਏ, ਮੈਂ ਤੁਹਾਨੂੰ ਦਿਖਾਈਏ ਸਾਰੇ ਕੱਪੜੇ। ਹੁਣ ਉੱਧਰ ਚੱਲਦੇ ਪਰਲੇ ਕਮਰੇ 'ਚ। ਮੈਨੂੰ ਕਹਿੰਦੇ ਸੀ ਘਰ ਦੇ ਵੀ ਕਿਹੜੇ ਕਿਹੜੇ ਕੱਪੜੇ ਲੈ ਕੇ ਜਾਣੇ ਆ। ਮੈਂ ਕਿਹਾ ਵੀ ਜਿੱਥੇ ਅਸੀਂ ਚੱਲੇ ਹਾਂ ਉੱਥੇ ਸਮੁੰਦਰ ਹੈ ਚਾਰੇ ਪਾਸੇ, ਕੱਪੜੇ ਤਾਂ ਮੈਂ ਦੋ ਕੁ ਵਰਦੀਆਂ ਲੈ ਜਾਓ, ਦਿਖਾਉਣੇ ਕਿਹਨੂੰ ਪਾ ਕੇ ਕੱਪੜੇ? ਉਹ ਰਹਿਣਾ ਸਮੁੰਦਰ ਦੇ ਵਿੱਚ ਆ, ਸ਼ਾਂਤ ਇਲਾਕਾ, ਕ੍ਰਿਸਟਲ ਕਲੀਅਰ ਪਾਣੀ ਆ। ਸਮੁੰਦਰ ਦੇ ਵਿੱਚ ਜਿਹੜੀ ਮੱਛਲੀ ਆ ਤੁਰਦੀ ਜਾਂਦੀ ਦਿਖਦੀ ਆ, ਇੰਨਾ ਸਾਫ਼ ਪਾਣੀ ਆ। ਅਤੇ ਕੱਪੜੇ ਚਲੋ ਫਿਰ ਵੀ ਜਦੋਂ ਇੱਦਾਂ ਜਾਂਦੇ ਸ਼ੋਪਿੰਗ ਤਾਂ ਕਰਨੀ ਪੈਂਦੀ ਹੈ ਨਾ। ਚਲੋ ਫਿਰ ਚਲੋ ਦਿਖਾਓ ਕਿੱਥੇ ਕਿੱਥੇ ਕਿਆ ਕੁਛ ਰੱਖਿਆ ਅੰਦਰ। ਅੱਛਾ ਬੱਲਾ 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 ਬੱਲਾ, ਮੈਂ ਤਾਂ ਹੁਣ ਆਇਆ ਇੱਥੇ। ਹੁਣ ਇਹਨਾਂ ਵਿੱਚੋਂ ਚੂਜ਼ ਕਰਨੇ ਮੈਂ ਕਿਹੜੇ ਲੈ ਕੇ ਜਾਣੇ ਆ। ਮੈਂ ਕਿਹਾ ਤੈਂ ਆਪਣੇ ਕੱਢ ਲਏ ਸਾਰੇ, ਤੇਰੀ ਤਿਆਰੀ ਆ? ਨਹੀਂ ਜਿਹੜੇ ਜਿਹੜੇ ਤੂੰ ਆਪਣੇ ਕੱਢ ਲੈ ਪਹਿਲਾਂ, ਜਿਹੜੇ ਤੈਨੂੰ ਚਾਹੀਦੇ ਕੱਪੜੇ। ਮੈਂ ਤਾਂ ਆਪਣੇ ਅੱਜ ਤੋਂ ਮੇਰਾ ਸਾਡਾ ਹੈਗਾ ਜੀ 5 ਨਾਈਟ, 7 ਕੁ ਵਰਦੀਆਂ ਲੈ ਜਾਵਾਂ। ਜੇ ਡੇਲੀ ਇੱਕ ਵਰਦੀ ਪਾਈ ਵੀ ਆ, ਇੱਦਾਂ ਉਹ ਟੂਰ ਪਲਾਨ ਕਰਨ ਲੱਗਾ ਵੀ ਇੱਕ ਅੱਜ ਦਾ ਦਿਨ, ਇੱਕ ਕੱਲ੍ਹ ਨੂੰ, ਇੱਕ ਪਰਸੋਂ ਨੂੰ, ਕਿ ਜਾਣ ਲੱਗੇ ਤਾਂ ਹੁਣ ਜਦੋਂ ਅਸੀਂ ਦਿੱਲੀ ਏਅਰਪੋਰਟ ਤੱਕ ਜਾਣਾ, ਮੈਂ ਫਿਰ ਲੋਅਰ ਦੇ ਵਿੱਚ ਜਾਣਾ ਹੁੰਦਾ, ਟੋਰ ਕੱਢਣ ਦਾ ਕੋਈ ਫਾਇਦਾ ਨਹੀਂ ਇੱਥੇ, ਪਹਿਲਾਂ ਕੰਟਰੋਲ ਸਫਰੇ ਬਹੁਤ ਹੋ ਜਾਂਦਾ ਸਿਰੇ ਤੱਕ। ਤੁਸੀਂ ਕਰ ਲਏ ਆਪਣੇ ਸਾਰੇ? ਤੁਹਾਡੀ ਪੂਰੀ ਹੈ? ਤੁਹਾਡੀ ਪੈਕਿੰਗ ਫੁੱਲ ਆ? ਤੁਹਾਨੂੰ ਕੋਈ ਮੇਰੇ ਰਹਿੰਦੇ ਬਸ? ਅੱਛਾ ਮੇਰੇ ਯਾਰ ਮੈਂ ਰਹਿੰਦੇ, ਤੂੰ ਤੁਹਾਡੀ ਪੈਕਿੰਗ ਹੈ? ਆਹ ਟੇਚੀ ਭਰ ਗਈ ਤੁਹਾਡੀ ਹੈ? ਨਾ ਵਿੱਚ ਜੁੱਤੀਆਂ ਹੇਠਾਂ ਪਾਈਆਂ। ਅੱਛਾ ਉਹ ਟੇਚੀ ਹੈ, ਟੇਚੀ ਆਪਾਂ 3 ਕਰ ਲੈਣੀ ਹੁੰਦੀ ਹੈ ਨਾ। ਚਲੋ ਕੋਈ ਨਹੀਂ, ਇੱਕ ਬੈਗ ਹੋ ਗਿਆ, ਦੋ ਟੇਚੀਆਂ। ਚਲ ਮੇਰਾ ਵੀ ਕੰਪਿਊਟਰ ਹੋਰ ਦੂਜੀ ਜਾ ਜੂਗਾ ਨਾ। ਹਾਂਜੀ। ਹੈਂਡ ਬੈਗ ਕਿਹੜੇ ਕਿਹੜੇ ਕਰੇ ਆ? ਹੈਂਡ ਬੈਗ ਇੱਕ ਕਾਲੀ ਆ। ਅੱਛਾ ਕਿਹੜਾ? ਇੱਕ ਚੱਕੀ ਦਾ ਦੋ, ਇੱਕ ਆ ਇੱਕ ਕੰਪਿਊਟਰ ਲੈ, ਇੱਕ ਹੈਂਡ ਬੈਗ, ਦੋ ਹੈਂਡ ਬੈਗ ਹੈ ਨਾ। ਵੈਸੇ ਆਹ ਵੀ ਹੈਂਡ ਬੈਗ 'ਚ ਚਲੀ ਜਾਂਦਾ, ਕੈਬਨ ਬੈਗ 'ਚ ਚਲੀ ਜਾਂਦਾ ਵੀ, ਅਤੇ ਆਹ ਆਪਣਾ ਲੈਗੇਜ ਹੋ ਜੂਗਾ ਨਾ। ਹਾਂ ਆ ਜਾਣੇ ਵੈਸੇ ਕੱਪੜੇ ਸਾਰੇ ਆ। ਹਾਂ ਚਲੋ ਹੁਣ ਮੈਂ ਆਹ ਲਿਫਾਫਾ ਹੋ ਜੂਗਾ। ਹਾਂ ਲਿਓ ਜੀ, ਹੁਣ ਮੈਂ ਚੂਜ਼ਿੰਗ ਕਰਾਂ ਕਿਹੜੇ ਕਿਹੜੇ ਲੈ ਕੇ ਜਾਣੇ ਆ। ਟੀ ਸ਼ਰਟਾਂ ਤਾਂ ਮੈਂ ਕਹਿੰਦਾ ਵੀ ਸਾਰੀਆਂ ਲੈ ਚੱਲ ਹੈ ਨਾ। ਹਾਂਜੀ ਹਾਂਜੀ, ਅਤੇ ਮੈਂ ਤੂੰ ਆਪਣੇ ਤਾਂ ਕੱਢ ਲੈਂਦਾ ਆ, ਤੂੰ ਮੇਰੇ ਨਾਲੇ ਪਾਉਣੇ ਤਾਂ ਕੱਪੜੇ ਤਾਂ ਆਪਣੇ ਕੱਢ ਲਏ ਤਾਂ ਸਾਰੇ ਆ। ਆਹ ਵੀ ਰੱਖੇ ਆ, ਆਹ ਵਿੱਚ ਮੇਰੀ ਰੱਖੀਆਂ ਟੀ ਸ਼ਰਟਾਂ ਹੈਗੇ, ਤੇਰੀਆਂ ਮੈਂ ਹੈਗੇ ਬਾਹਰ ਰੱਖੇ, ਫਿਰ ਆਹ ਤਾਂ ਕੱਢਣੀ ਹਾਲੇ ਵਿੱਚ ਤੇ ਮੈਂ ਬੱਲਾ ਬੱਲਾ ਬੱਲਾ। ਮੈਂ ਕਹਿੰਦਾ ਮੈਂ ਹੀ ਇੱਕ ਦਿਨ ਸੇਲ ਲਾ ਲੈਣੀ ਕੱਪੜਿਆਂ ਦੀ, ਅਤੇ ਹਾਫ ਰੇਟ ਪਰ ਵੇਚਣੇ ਪੈਣੇ ਮੈਨੂੰ। ਬੱਲਾ ਬੱਲਾ ਬੱਲਾ, ਕਮਾਲ ਹੀ ਕਰਤੀ। ਆ ਕੱਢ ਲੈ ਸਾਰੀਆਂ ਬਾਹਰ ਕੱਢ ਲੈ, ਇੰਨੇ ਨਹੀਂ ਮੈਂ ਲੈ ਕੇ ਜਾਣੇ ਹੈਗੇ। ਨਹੀਂ ਚੁਣਨੀ ਆ ਤੁਸੀਂ ਇਹਦੇ ਵਿੱਚੋਂ। ਇਹ ਤਾਂ ਬਸ ਚੂਜ਼ ਕਰੂੰਗਾ ਮੈਂ। ਕੱਢ ਆ ਤਾਂ ਲੋ ਰਹੇ। ਅੱਛਾ ਪੂਰਾ ਤਾਂ ਲਿਖੀ ਜਾਂਦੇ ਆ। ਆ ਤਾਂ ਬਾਹਰੇ ਰੱਖ, ਆਹ ਜਿਹੜਾ ਲਿਆਂਦਾ ਸੀ ਜਿੱਥੇ ਗਲ 'ਚ ਪਾਉਣੇ ਵਾਲਾ, ਇਹ ਆਪਣਾ ਜਿੱਦਾਂ ਨਾ ਆਰਾਮ ਰੂਮ ਕਰਨੇ ਵਾਲਾ, ਤਾਂ ਉਹ ਜਹਾਜ਼ 'ਚ ਬੈਠੋ ਜਦੋਂ ਦਿਖਾਓਗੇ ਕਿਆ ਚੀਜ਼ ਹੈ। ਇਹ ਤਾਂ ਆਪਣਾ ਹੈਂਡ ਬੈਗ 'ਚ ਪਾ ਲਿਓ ਫਿਰ, ਜੇ ਬਾਹਰ ਕੱਢਣਾ ਇਹ ਤਾਂ ਇਕੱਠਾ ਜਾ ਕੇ ਪੈ ਜਾਣਾ ਹੈ ਨਾ। ਇਹ ਤਾਂ ਉਹ ਹੋ ਤਾਂ ਯਾਰ ਇਹਦੇ ਵਿੱਚ ਇੱਦਾਂ ਰੱਖੋ, ਇਹਨੂੰ ਕੱਢ ਬਾਹਰ, ਮੈਂ ਕਿਹਾ ਇਹਨੂੰ ਕੱਢ ਬਾਹਰ, ਇਹਨੂੰ ਇਕੱਠਾ ਕਰਕੇ ਨਾ ਇੱਕ ਵਿੱਚੇ ਪਈ ਹੋਣੀ, ਤਾਂ ਵਿੱਚੇ ਇਕੱਠਾ ਹੋ ਜਾਣਾ ਉਹਨੇ, ਐਨ ਇੰਨਾ ਕੁ ਬਣ ਜਾਣਾ ਇਹਨੇ। ਕਿਹੜਾ ਵਿੱਚੇ ਪਾਇਆ ਹੋਇਆ ਮੇਰੇ ਖਿਆਲ 'ਚ? ਉਹ ਆਹ ਦਿਲ ਦਿਖਾਈਏ, ਆਹ ਬੈਗ ਆਹ, ਇਹਦੇ ਵਿੱਚ ਇਕੱਠਾ ਕਰਕੇ ਪਾ ਦਿਆਂ ਚੰਗੀ ਤਰ੍ਹਾਂ, ਐਨ ਇਕੱਠਾ ਜਿਹਾ ਕਰਕੇ ਇਹਨੂੰ ਬੰਨ ਦਿੰਦੇ, ਇੰਨਾ ਕੁ ਬਣ ਜਾਣਾ ਜਿਵੇਂ ਛੋਟਾ ਜਿਹਾ। ਆਹ ਦੇਖੋ ਇੰਨਾ ਕੁ ਬਣ ਗਿਆ ਇਹ, ਇਹ ਜ਼ਰੂਰ ਲੈ ਲਏ ਕਰੋ ਜਦੋਂ ਨਾ ਕਿਤੇ ਲੰਬੇ ਸਫ਼ਰ ਪਰ ਜਾਂਦੇ ਹਾਂ ਆਪਾਂ, ਜਿਹੜਾ ਗਲ 'ਚ ਪਾਉਣੇ ਵਾਲਾ ਨਹੀਂ ਹੁੰਦਾ ਹੈਗਾ। ਜ਼ਿਆਦਾ ਪ੍ਰੋਬਲਮ ਨਹੀਂ, ਗਰਦਨ ਬਹੁਤ ਆਕੜਦੀ ਇੱਦਾਂ, ਫਿਰ ਇਹ ਗਰਦਨ ਨੂੰ ਐਂ ਲੱਗਦਾ ਬਹੁਤ ਵਧੀਆ ਸਾਰਾ ਦੇ ਰੱਖ ਲੈਂਦੀ ਗਰਦਨ, ਕਿ ਜਹਾਜ਼ 'ਚ ਨੀਂਦ ਆ ਜਾਂਦੀ ਆ। ਹੁਣ ਜਿਹੜਾ ਸਾਡਾ ਸਫ਼ਰ ਹੈ ਬੇਰਹਿਮੀ ਰਹਿਣੀ ਸਾਨੂੰ, ਅਸੀਂ ਇੱਥੇ ਚੱਲ ਪੈਣਾ, ਸਾਰੀ ਰਾਤ ਜਾਗਦੇ ਦੀ ਲੱਗਣੀ ਸਾਡੀ, ਕਿ ਏਅਰਪੋਰਟ ਪਰ ਜਾ ਕੇ ਅਸੀਂ ਕਰੋਨਾ ਟੈਸਟ ਕਰਾਉਣਾ ਹੁਣ। ਅਤੇ ਮੈਂ ਤਾਂ ਪਹਿਲਾਂ ਸੋਚਿਆ, ਜਿੱਦਾਂ ਤੁਸੀਂ ਮੇਰੀ ਪਿਛਲੀ ਵੀਡੀਓ ਦੇਖ ਲਈ ਹੋਣੀ ਹੈ, ਮੈਂ ਸੋਚਿਆ ਤਾਂ ਚਲੋ ਬਾਅਦ 'ਚ
ਪਹਿਲਾਂ ਕਰਵਾ ਲਏ ਚੱਲਦੇ ਉੱਥੇ, ਫਿਰ ਥੋੜਾ ਬਹੁਤ ਆਰਾਮ ਕਰ ਲੂੰਗੇ। ਮੈਂ ਤੂੰ ਪਹਿਲਾਂ ਕਦੇ ਮੈਂ ਦੇਖਣ ਦੇ ਕੱਪੜੇ ਕਿਹੜੇ ਕਿਹੜੇ ਲੈ ਕੇ ਜਾਣੇ ਆ। ਖਾਣ ਪੀਣ ਦਾ ਸਮਾਨ ਸਭ ਤੋਂ ਉੱਪਰ ਪਾਇਆ ਕਰੋ, ਜਦ ਕਦੇ ਭੁੱਖ ਲੱਗੀ ਆਪਣੇ ਕੱਢ ਕੇ ਖਾ ਲਿਆ। ਠੀਕ ਹੈ, ਮੈਂ ਦੇਖਿਆ ਏਅਰਪੋਰਟ ਕੋਲ ਆਪਣੇ ਇਹਨਾਂ ਬੈਗਾਂ 'ਚ ਆਪਾਂ ਕੁਛ ਸਮਾਨ ਲੈ ਜਾਂਦੇ ਖਾਣੇ ਪੀਣੇ, ਉੱਥੇ ਏਅਰਪੋਰਟ ਕੋਲ ਖੜਾ ਦਿੰਦੇ ਆ, ਇਹਨਾਂ 'ਚ ਨਾਂ ਪਾ ਕੇ ਲੈ ਜਾਂਦਾ, ਹੈਂਡ ਕੈਰੀ ਬੈਗ ਹੈਂਡ ਬੈਗ ਉਹਨਾਂ 'ਚ ਨਾਂ ਲੈ ਕੇ ਜਾਇਓ, ਉੱਥੇ ਹੀ ਖਾ ਲਓ। ਜਿੱਥੋਂ ਜਾ ਕੇ ਬੋਰਡਿੰਗ ਵਾਲੀ ਇਮੀਗ੍ਰੇਸ਼ਨ ਚੈੱਕ ਹੁੰਦੀ ਉਹ ਕਢਾ ਦਿੰਦੇ, ਸਾਰਾ ਕੁਛ ਕਢਾ ਦਿੰਦੇ, ਪਾਣੀ ਵੀ ਸਾਰਾ ਕੁਛ ਕਢਾ ਦਿੰਦੇ। ਉਸ ਤੋਂ ਪਹਿਲਾਂ ਇੱਥੇ ਇਮੀਗ੍ਰੇਸ਼ਨ ਬਾਅਦ ਜਾ ਕੇ ਚੈੱਕ ਅੰਦਰਲੀ ਜਾ ਕੇ ਹੁੰਦੀ ਹੈ, ਉੱਥੇ ਖਾਣੇ ਪੀਣ ਵਾਲਾ ਸਾਰਾ ਸਮਾਨ ਕਢਾ ਦਿੰਦੇ ਆ। ਉਹ ਤੋਂ ਪਹਿਲਾਂ ਖਾ ਲਓ ਜੀ ਖਾਣਾ, ਫਿਰ ਅੰਦਰ ਜਾ ਕੇ ਉਹਨਾਂ ਦੇ ਵੀ ਜਿਹੜੇ ਅੰਦਰ ਦੁਕਾਨਾਂ ਤਾਂ ਹੀ ਬੰਦੇ ਲੋਕ ਸਮਾਨ ਲੈਣਗੇ। ਦੇਖ ਉਹਨਾਂ ਦਾ ਜੇ ਆਪਾਂ ਘਰ ਤੋਂ ਪਹਿਲਾਂ ਲੈ ਗਏ ਸਮਾਨ, ਹੁਣ ਅੰਦਰ ਨਹੀਂ ਸਮਾਨ ਵਿਕਣਾ ਹੈਗਾ, ਉਹ ਤਾਂ ਹੀ ਫਿਰ ਸਾਰਾ ਸਮਾਨ ਕਢਾ ਦਿੰਦੇ ਉੱਥੇ ਏਅਰਪੋਰਟ ਤੋਂ। ਅਜੇ ਤੱਕ ਉਹ ਰੋਟੀ ਲੈ ਕੇ ਦੇ ਨਾ। ਸਮਾਨ ਘਰ ਤੋਂ ਲੈ ਚੱਲੇ ਆ, ਕਿਤੇ ਭੁੱਖ ਭੱਖ ਲੱਗੀ ਆਪਣੇ ਤੇ ਖਾ ਲਾਂਗੇ। ਲੈ ਜਾਓ ਉਹ ਵੀ ਲੈ ਜਾਓ, ਮੈਂ ਤਾਂ ਛੱਡ ਕੇ ਬਾਹਰ ਆ ਗਿਆ। ਮੈਂ ਚੱਲਦਾ ਹੁਣ ਨਿੰਮੇ ਕੋਲ, ਨਿੰਮੇ ਦੇ ਪਿੱਛੇ ਜ਼ਿੰਮੇਵਾਰੀ ਲਾਉਣੀ, ਇੱਥੇ ਉਹਨੂੰ ਸਮਝਾਵਾਂ ਸਾਰਾ ਕੁਝ। ਨਿੰਮਾ ਫਿਰ ਉਨੀ ਦਿਨ ਘਰ ਦੀ ਰਾਖੀ ਕਰੂਗਾ, ਕਰਦੇ ਕਰਾਉਂਦੇ ਇੰਨਾ ਕੁ ਸਮਾਨ ਕਰ ਲੈਣਾ, ਮਤਲਬ ਓਵਰ ਵੇਟ ਕਰ ਲੈਣਾ, ਇੰਨਾ ਕੁ ਸਮਾਨ ਲੈ ਕੇ ਚੱਲੇ। ਆਹ ਵੀ ਲੈ ਲਓ, ਉਹ ਵੀ ਲੈ ਲਓ, ਆਹ ਵੀ ਲੈ ਲਓ, ਉਹ ਵੀ ਲੈ ਲਓ, ਚੁੱਕ ਚੁੱਕ ਭਰੀ ਜਾਂਦੇ, ਥੁੰਨੀ ਜਾ ਰਹੇ ਆ। ਉਹ ਆ ਜਾ ਨਿੰਮੇ, ਆ ਜਾ ਆ ਜਾ ਆ ਜਾ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਜੀ। ਥੋੜ੍ਹੀ ਜਿਹੀ ਦਵਾਈ ਲੈ ਡਾਕਟਰ ਕੋਲ ਤੋਂ ਜਾ ਕੇ। ਹਾਂ ਦਵਾਈ ਲੈਣੀ, ਐਲਰਜੀ ਵਾਲੀ ਦਵਾਈ ਲੈ ਕੇ ਆਉਣੀ ਆ। ਕਈ ਵਾਰ ਜਦ ਹੋਰ ਕੰਟਰੀ 'ਚ ਜਾਂਦੇ ਹਾਂ ਐਲਰਜੀ ਅਲਰਜੀ ਹੋ ਸਕਦੀ, ਕਦੇ ਬੁਖਾਰ ਦੀ ਜਾਂ ਪੇਟ ਦਰਦ ਦੀ ਦਵਾਈ ਦਵਾਈ ਲਈ ਮਾੜੀ ਛੋਟੀ ਇੱਕ ਦੋ ਖੁਰਾਕਾਂ ਜੀ ਲਈ। ਆਪਾਂ ਤਾਂ ਚੱਲੇ ਥੋੜ੍ਹੇ ਜਿਹੇ ਬੈਗ ਲੈ ਕੇ, ਇਹ ਸਮਾਨ ਵਧਾਈ ਜਾ ਰਹੇ ਆ। ਉੱਥੇ ਸਮਝ ਨਹੀਂ ਆ ਰਿਹਾ, ਮੇਰਾ ਦਿਮਾਗ ਖਰਾਬ ਕਰਿਆ ਪੈਣਾ ਨੇ।
ਤੇ ਗੁੱਸਾ ਆਇਆ ਪਿਆ। ਚੱਲ ਚੱਲੀ ਯਾਰ ਆਪਾਂ, ਯਾਰ ਕਿੱਧਰ ਘੁੰਮ ਫਿਰ ਕੇ ਆਉਂਦੇ ਆਪਾਂ ਯਾਰ, ਥੋੜ੍ਹਾ ਦਿਮਾਗ ਸ਼ਾਂਤ ਹੋਵੇ ਯਾਰ, ਥੋੜ੍ਹਾ ਦਿਮਾਗ ਸ਼ਾਂਤ ਹੋਵੇ, ਘੁੰਮ ਫਿਰ ਕੇ ਆਉਂਦੇ ਕਿੱਧਰੇ, ਚੱਲ ਕਰਕੇ ਆਉਂਦੇ, ਚੱਲ 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 ਬਹਿ ਜਾ। ਡਾਕਟਰ ਸਾਹਿਬ ਨੇ ਕਰੋੜ ਰੁਪਏ ਦੀ ਗੱਲ ਕਰੀ ਆ, ਕਹਿੰਦਾ ਜੇ ਤਾਂ ਦਵਾਈ ਨਾਲ ਲੈ ਕੇ ਜਾਓ ਫਿਰ ਕੁਛ ਨਾ ਕੁਛ ਖੰਘ ਜ਼ੁਕਾਮ ਬੁਖਾਰ ਹੋ ਜਾਂਦਾ ਹਨਾ ਨਿੰਮੇ। ਹਾਂ ਭਾਈ ਹੋ ਜਾਂਦਾ, ਹੁਣ ਲੈ ਕੇ ਚੱਲਿਆ ਨੂੰ ਕੁਛ ਨਹੀਂ ਹੋਣਾ ਹੈਗਾ, ਇਹਦਾ ਇੰਨਾ ਇੰਨੀ ਅਸਰ ਹੈ ਨਾ, ਦਵਾਈ ਸਾਡੇ ਕੋਲ ਹੈ ਬੁਖਾਰ, ਦਵਾਈ ਦਾ ਅਸਰ ਇਹ ਚਾਹੁੰਦੀ ਵੀ ਸਾਡੇ ਕੋਲ ਦਵਾਈ ਹੈਗੀ ਹੈ ਡਾਕਟਰ ਸਾਹਿਬ, ਜਗਰਾ ਜੀ ਹੋ ਜਾਂਦਾ ਵੀ ਹੈ ਅੱਜ ਬੁਖਾਰ ਜਿਹੜਾ ਆਹ ਲੈ ਲਈ ਆਪਾਂ, ਵੀ ਗੋਲੀਆਂ ਆ ਗਈਆਂ ਜਿਹੜੇ ਜੇ ਬੁਖਾਰ ਜਿਹੜਾ ਸੀ ਆਹ ਲੈ ਲਈ, ਉਲਟੀਆਂ ਲੱਗੀ ਆਹ, ਅਲਰਜੀ ਹੋਈ ਆਹ। ਠੀਕ ਡਾਕਟਰ ਸਾਹਿਬ, ਪੈਸੇ ਕਿੰਨੇ ਡਾਕਟਰ ਸਾਹਿਬ? ਹਾਂ ਦੇ ਦਿਓ ਜਿਹੜੇ ਦੇਣੇ। ਹੁਣ ਥੋੜ੍ਹਾ ਜਿਹਾ ਸ਼ਾਂਤ ਹੋਇਆ ਗੁੱਸਾ, ਮੋਟਰ ਪਰ ਆ ਕੇ ਸ਼ਾਂਤੀ ਮਿਲ ਜਾਂਦੀ ਆ, ਮਾਹੌਲ ਬਹੁਤ ਵਧੀਆ ਹੁਣ ਦੇ ਬਾਈ ਨੇ ਸਫਾਈ ਵੀ ਬਹੁਤ ਵਧੀਆ ਕਰਤੀ, ਹੁਣ ਜੀ ਜਿਹਾ ਲੱਗਣਾ ਸ਼ੁਰੂ ਹੋ ਗਿਆ, ਦੇਖੋ ਕਿੰਨੀ ਸਾਫ਼ ਸੁਥਰੀ ਹੋ ਗਈ ਹੁਣ ਇੰਨੇ 'ਚ, ਅਤੇ ਆਹ ਥੋੜ੍ਹੀ ਜਿਹੀ ਰਹਿ ਗਿਆ ਥੋੜ੍ਹਾ ਜਿਹਾ ਅੰਗੜਾਈ ਕਰਨ, ਹਾਂ ਬਸ ਹੁਣ ਲੱਗਿਆ ਹੋਇਆ ਗੁਰਮੀਤ ਬਾਈ ਇੱਥੇ, ਅਤੇ ਕੱਲ੍ਹ ਨੂੰ ਥੋੜ੍ਹਾ ਕੱਲ੍ਹ ਉੱਥੇ ਸਾਰਾ ਕੰਮ ਸਮਝਾ ਜਾਣਾ, ਨਿੰਮੇ ਨੂੰ ਸਾਰਾ ਕੰਮ ਸਮਝਾ ਦਿੱਤਾ ਮੈਂ ਵੀ ਮੇਰੇ ਪਿੱਛੇ ਅਤੇ ਆਹ ਕੰਮ ਕਰਵਾ ਲਈ ਸਾਰੇ, ਠੀਕ ਹੈ ਨਿੰਮੇ? ਹਾਂ ਬਾਈ ਠੀਕ ਹੈ, ਫਿਰ ਤੇਰੇ ਨਾਲ ਮੈਂ ਟੂਰ ਸ਼ੁਰੂ ਹੋ ਜਾਣੇ ਫਿਰ ਆਪਣੇ ਆਉਂਦੀ ਸਰ, ਆਪਣੇ ਫਿਰ ਉੱਥੇ ਜਾਣਾ ਨਾਲੇ, ਆਪਣੇ ਵੀ ਕੰਮ ਨਿਪਟ ਜੂੰਗੇ, ਹਾਂ ਅਸੀਂ ਫਿਰ ਉੱਥੇ ਜਾਣਾ, ਇੱਕ ਉੱਧਰ ਜਾਣਾ, ਦੋ ਟੂਰ ਫਿਰ ਨਿੰਮੇ ਨਾਲ ਆਉਣੇ ਫਿਰ ਮੇਰੇ, ਠੀਕ ਹੈ? ਉਹ ਅਸੀਂ ਪਹਿਲਾਂ ਦੱਸਣਾ ਨਹੀਂ, ਜੇ ਪਹਿਲਾਂ ਦੱਸ ਦਿੰਦੇ ਫਿਰ ਸਾਡੇ ਟੂਰ ਬਣਦੇ ਨਹੀਂ ਹੈਗੇ, ਉਹ ਜਾਣੇ ਹੈ ਵੈਸੇ ਹੁਣ ਦੱਸਿਆ ਅਸੀਂ, ਮੈਂ ਆਏ ਉਤਰਨਾ ਤਾਂ ਅਗਲੇ ਦਿਨ ਜਾਣਾ ਤਾ ਉਹ ਦੂਜੀ ਕੰਟਰੀ, ਅਤੇ ਉਹ ਸਾਡਾ ਕੈਂਸਲ ਹੋ ਗਿਆ ਪ੍ਰੋਗਰਾਮ, ਉਹ ਜਾਣਾ ਹੈ ਪਰ ਥੋੜ੍ਹੇ ਮੈਂ ਕਿਹਾ ਹੋਰ ਖੁੱਲ੍ਹ ਲਵੇ ਦੁਨੀਆ, ਸ਼ਾਇਦ ਅਗਲੇ ਨਵੰਬਰ ਹੋਰ ਖੁੱਲ੍ਹ ਜਾਵੇ, ਉਸ ਤੋਂ ਅੱਗੇ ਹੁਣ ਫਰਕ ਪੈ ਰਿਹਾ, ਹੁਣ ਕਈ ਕੰਟਰੀਆਂ ਵਿੱਚ ਮੈਂ ਦੇਖਦਾ ਪੈਕੇਜ ਆਉਣਾ ਸ਼ੁਰੂ ਹੋ ਗਿਆ, ਜਿੱਦਾਂ ਤੁਰਕੀ ਦਾ ਸ਼ੁਰੂ ਹੋ ਗਿਆ, ਰਸ਼ੀਆ ਦਾ ਖੁੱਲ੍ਹਿਆ ਹੋਇਆ, ਕਦੇ ਆ ਜਾ ਸਕਦੇ ਆ ਤੁਸੀਂ, ਅਤੇ ਮੇਰੇ ਖਿਆਲ ਇੰਗਲੈਂਡ ਨੇ ਵੀ ਕੁਆਰੰਟਾਈਨ ਆਪਣਾ ਖਤਮ ਕਰਤਾ, ਕਨੇਡਾ ਜਾਣੇ ਲੱਗ ਗਏ, ਹੁਣ ਇੱਧਰਲੀ ਆਹ ਥਾਈਲੈਂਡ ਸਿੰਗਾਪੁਰ ਮਲੇਸ਼ੀਆ, ਇਹ ਇਹਨਾਂ ਦੀ ਤਿਆਰੀ ਹੈ ਬਸ, ਹੁਣ ਕੁਛ ਨਾ ਕੁਛ ਕੰਟਰੀਆਂ ਕਰ ਰਹੀਆਂ, ਇਹਨਾਂ ਨੇ ਵੀ ਖੋਲ ਦੇਣਾ ਬਾਈ, ਹਾਂ ਇਹਨਾਂ ਦਾ ਤੁਸੀਂ ਟ੍ਰਾਂਜੈਕਸ਼ਨ ਹੋ ਜਾਂਦਾ, ਕਈ ਕੰਟਰੀ ਨੂੰ ਅਲਾਊਡ ਕਰਤਾ, ਜੇ ਆਪਾਂ ਡਬਈ ਅਤੇ ਮੈਂ ਡਬਈ ਨੂੰ ਖੋਲਦੇ ਨੇ, ਜੇ ਆਪਾਂ ਡਬਈ ਹਫ਼ਤਾ ਲਾਉਂਦੇ ਹਾਂ ਫਿਰ ਡਬਈ ਤਾਂ ਆਪਾਂ ਜਾ ਸਕਦੇ, ਫਿਰ ਆਪਾਂ ਨੂੰ ਕੁਆਰੰਟਾਈਨ ਨਹੀਂ ਹੈਗਾ, ਇੰਡੀਆ ਵਾਲੇ ਬਸ ਤੁਹਾਨੂੰ ਪਤਾ ਇੱਥੇ ਜਿਹੜਾ ਜੇ ਤੁਸੀਂ ਮੇਰੀ ਪਿਛਲੀ ਵੀਡੀਓ ਦੇਖੋ ਜਿਹੜੇ ਲੋਕ ਗਲਤ ਮਲਤ ਕੋਰੋਨਾ ਵਾਲੇ ਰਿਪੋਰਟਾਂ ਕਰਾ ਕੇ ਆਪਣਾ ਗਰਾਸ ਥੱਲੇ ਗਿਰਿਆ ਹੋਇਆ, ਵੀ ਆਪਣੇ 'ਚ ਡੁਪਲੀਕੇਟ ਚੀਜ਼ਾਂ ਜਿਹਦੇ ਬਣਵਾ ਕੇ ਲੋਕ ਚੜ ਜਾਂਦੇ ਆ, ਹਾਂ ਹੁਣ ਕੈਨੇਡਾ ਵਾਲਿਆਂ ਨੇ ਪਤਾ ਕਿਆ ਕਰਿਆ ਹੋਇਆ, ਏਅਰਪੋਰਟ ਪਰ ਆਪਣੀ ਮਸ਼ੀਨ ਰੱਖਦੀ ਕਰੋਨੇ ਵਾਲੀ, ਉਹਦਾ ਮੰਨਦੇ ਕਹਿੰਦੇ ਹੋਰ ਤਾਂ ਨਹੀਂ ਸੀ ਮੰਨਣਾ ਹੈ, ਉਹੀ ਤਾਂ ਗੱਲ ਐਂ ਕਰਤਾ ਉਹਨਾਂ ਨੇ ਬਾਈ, ਉਹਨਾਂ ਨੂੰ ਪਤਾ ਵੀ ਹੁਣ ਪੰਜਾਬੀ ਜਿਹੜੇ ਪੰਜਾਬੀ ਤਾਂ ਪੁੱਠਾ ਦਿਮਾਗ ਚਲਾਉਂਦੇ ਕਰਕੇ ਮੰਨਦੇ ਨਹੀਂ ਹੈਗੇ ਉਹ, ਪਹਿਲਾਂ ਉਹਨਾਂ ਨੇ ਦੂਜੀ ਕੰਟਰੀ 'ਚ ਘੁਮਾ ਕੇ ਕਰਿਆ ਹੋਇਆ ਤਾ, ਵੀ ਤੁਸੀਂ ਹੋਰ ਕੰਟਰੀ 'ਚ ਪਹਿਲਾਂ ਰਹੋ, ਉਸ ਕੰਟਰੀ ਦਾ ਮੰਨਦੇ ਵੀ ਹੋਰ ਕੰਟਰੀ ਪਹਿਲਾਂ ਸਟੇਅ ਕਰੋ, ਅਤੇ ਉੱਥੇ ਲਾ ਕੇ 2 ਦਿਨ ਫਿਰ ਤੁਸੀਂ ਦੂਜੀ ਕੰਟਰੀ ਜਾ ਸਕਦੇ, ਠੀਕ ਹੈ? ਯਾਰ ਵਧੀਆ ਕੰਮ ਕਰੋ, ਪਰ ਆਪਣਾ ਚੱਲਦਾ ਹੀ ਪੁੱਠੇ ਪਾਸੇ ਦਿਮਾਗ ਆਪਣਾ, ਦਿਮਾਗ ਚੱਲਦਾ ਕੈਨੇਡਾ 'ਚ, ਆਪਾਂ ਜਿਹੜੇ ਪਹਿਲਾਂ ਗੱਲਾਂ ਚੱਲੀ ਕਿੱਦਾਂ ਵੀ ਜੇ ਲਵਾਏ ਭੈਣਾਂ ਭੂਣਾਂ ਨਾਲ ਲੋਕ ਵਿਆਹ ਵਿਹੂ ਕਰਾ ਗਏ, ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ, ਹੁਣ 1 ਸਾਲ ਤੋਂ ਉਹਨੇ ਇੱਕ ਸਾਲ ਬਾਅਦ ਪਤਾ ਨਹੀਂ ਕੋਈ ਚੱਕਰ ਕਰੇ ਹੋਏ ਵਿਆਹ ਪਰ ਵੀ, ਜਿਹੜੇ ਕੋਈ ਹੁਣ ਰੀਅਲ ਵਿਆਹ ਵੀ ਕਰਦੇ ਨਾ ਸੱਚੇ, ਉਹ ਆਪਾਂ ਤੇ ਨਾ ਦੁੱਗਣੇ, ਉਹਨਾਂ ਦੇ ਦਿਮਾਗ ਸਾਰੇ ਨਾਲੋਂ ਜ਼ਿਆਦਾ ਚੱਲਦੇ ਆ, ਹਾਂ ਆਪਣਾ ਪੁੱਠਾ ਚੱਲਦਾ, ਉਹਨਾਂ ਦੇ ਸਿੱਧੇ ਚੱਲਦੇ ਆ, ਸਿੱਧੇ ਚੱਲਦੇ ਆ, ਪਰ ਇੱਕ ਹੈ ਨਿੰਮੇ ਜਿੱਦਣ ਕਿਤੇ ਆਪਣੇ ਜਿਹੜੇ ਪੁੱਠੇ ਪਾਸੇ ਨੂੰ ਦਿਮਾਗ ਚੱਲਦੇ ਸਿੱਧੇ ਪਾਸੇ ਨੂੰ ਚੱਲਣ ਲੱਗ ਗਏ, ਪੂਰੀ ਦੁਨੀਆ ਨੂੰ ਕੱਟ ਦੂੰਗੇ ਆਪਾਂ, ਕੱਟ ਦੂੰਗੇ, ਇਹ ਸੱਚੀ ਗੱਲ ਹੈ, ਜੇ ਸਿੱਧੇ ਪਾਸੇ ਨੂੰ ਚੱਲ ਪਏ ਨਾ ਸਿੱਧੇ ਪਾਸੇ ਨੂੰ ਚੱਲਣਾ ਆਪਾਂ, ਦੁਨੀਆ ਨੂੰ ਕੱਟ ਦੂੰਗੇ, ਇੰਨੇ ਸਾਡੇ ਦਿਮਾਗ ਡਿਵੈਲਪ ਹੈ ਖੋਜੀ ਕੱਢਣ ਦੇ ਵਿੱਚ, ਚੱਲੇ ਫਿਰ ਨਿੰਮੇ ਇੱਕ ਹੋਰ ਕਰਨਾ ਫਿਰ ਕੌੜਾ ਮੂੰਹ, ਨਾ ਨਾ ਬਾਈ ਕੌੜਾ ਤਾਂ ਛੱਡਿਆ ਹੋਇਆ, ਅੱਛਾ ਕੌੜੇ ਨਹੀਂ ਹੁਣ ਮਿੱਠੇ ਮੂੰਹ ਕਰੇ ਕਰੂੰਗੇ, ਮਿੱਠੇ ਮੂੰਹ ਕਰੇ ਕਰੂੰਗੇ, ਠੀਕ ਹੈ, ਨਾਲੇ ਕਹਿੰਦਾ ਉਦਣ ਟਾਇਟ ਹੋ ਗਿਆ ਤਾਂ ਮੁੰਡਾ, ਨਾ ਨਾ ਨਹੀਂ, ਮੇਰੇ ਕੋਲ ਰਿਪੋਰਟ ਆ ਗਈ ਦੀ ਬੀਬੀਸੀ ਨਿਊਜ਼ ਵਿੱਚ, ਜਦੋਂ ਸਾਜਰੇ ਆਉਂਦੀ ਸਰ ਸਵੇਰੇ 7 ਵਜੇ, ਸੱਤ ਵਜੇ ਨਿਊਜ਼ ਆਈ, ਕਹਿੰਦੇ ਨਿੰਮਾ ਸਿੰਘ ਵਿਆਹ ਦੇ ਵਿੱਚ ਟਾਇਟ ਹੋਇਆ ਹੋਇਆ, ਦੱਸ ਦੇ ਲਾਇਆ ਤਾਂ ਪੈਕ ਲੱਗਿਆ ਤਾਂ ਉੱਥੇ, ਨਹੀਂ ਲਾਇਆ ਥੋੜ੍ਹਾ ਜਿਹਾ ਹੀ ਆ ਬਸ, ਉਹ ਵੀ ਬਸ ਟਿੱਕੀਆਂ ਖਾਧੀਆਂ ਫਿਰ ਆ ਕੇ ਸਭ ਕੋ ਨਿਕਲ ਗਿਆ, ਅੱਛਾ ਕਹਿੰਦੇ ਟਾਇਟ ਹੋ ਗਿਆ ਨਿੰਮਾ, ਮੈਂ ਹੈ ਬੀਬੀਸੀ ਅੱਜ ਕੀ ਬ੍ਰੇਕਿੰਗ ਨਿਊਜ਼, ਨਿੰਮਾ ਪਿੰਡ ਬਾਲਾ ਦੇ ਵਿੱਚ ਟਾਇਟ ਹੋਇਆ ਘੁੰਮੇਦਾਰ ਦਾ, ਨਹੀਂ ਨਹੀਂ ਬਈ ਤੈਨੂੰ ਪਤਾ ਹੀ ਆਪਾਂ ਕਿੰਨੇ ਪੀਣੀ ਹੈ, ਗੜਬੜੇ ਸ਼ਾਇਦ ਮੈਂ ਪਿਛਲੀ ਵੀਡੀਓ ਪਾਏ ਹੋਏ ਆ, ਇਹ ਦੀਵੇ ਬਲ ਕੇ ਘਰ ਘਰ ਘੁੰਮਦੇ, ਸਾਡਾ ਗੜਬੜੇ ਤੇਜ ਆ ਤੇਲ ਮੰਗਦੇ, ਸੱਚ ਕਰ ਲਿਓ, ਤੇ ਇੱਕ ਹੋਰ ਸਾਡੀ ਪੈਕਿੰਗ ਵੈਸੇ ਚੱਲ ਵੀ, ਮੈਂ ਹੁਣ ਦੇਖਣੀ ਨਹੀਂ ਹੈਗਾ, ਮੈਂ ਫਿਰ ਆਪਣਾ ਹੁਣ ਦਿਮਾਗ ਖਰਾਬ ਨਹੀਂ ਕਰਨਾ ਹੈਗਾ, ਅਤੇ ਹੁਣ ਬਸ ਕੱਲ੍ਹ ਨੂੰ ਚੱਲ ਪੈਣਾ, ਅਤੇ ਉਹਨੂੰ ਘਰ ਤੋਂ ਬਸ ਅਸੀਂ 10 ਵਜੇ ਨਿਕਲ ਜਾਣਾ, ਕੱਲ੍ਹ ਵਾਲੀ ਵੀਡੀਓ ਫਿਰ ਅਸੀਂ ਬਣਾਵਾਂਗੇ, ਉਹ ਵੀ ਤੁਸੀਂ ਜ਼ਰੂਰ ਦੇਖੋ, ਵੀਡੀਓ ਨੂੰ ਪਿਆਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰੋ ਵੀ ਆਪਣਾ ਟੂਰ ਹੈ, ਅਤੇ ਇਹ ਟੂਰ ਸਾਡਾ ਥੋੜ੍ਹਾ ਜਿਹਾ ਫੈਮਿਲੀ ਨਾਲ ਦੱਸੂਗਾ, ਵੈਸੇ ਸਾਡਾ ਇਹ ਟੂਰ ਥੋੜ੍ਹਾ ਮੈਂ ਐਕਸਪੈਂਸਿਵ ਬਣਾਇਆ ਕਿ ਫੈਮਿਲੀ ਨਾਲ ਚੱਲਿਆ, ਮੈਂ ਰਿਸਕ ਨਹੀਂ ਲੈਣਾ ਚਾਹੁੰਦਾ ਹੈਗਾ, ਥੋੜ੍ਹਾ ਐਕਸਪੈਂਸ ਦੱਸੂਗਾ, ਮੈਂ ਸਾਰਾ ਐਕਸਪਲੇਨ ਕਰੂੰਗਾ ਮੈਂ,
ਜਿਹੜਾ ਅਸੀਂ ਅਗਲਾ ਟੂਰ ਕਰੂੰਗੇ ਜਦੋਂ ਮੈਂ ਨਿੰਮੇ ਨਾਲ ਲਾਡੀ ਭਾਈ ਨਾਲ ਹੋਰ ਨਾਲ ਜਾਊਂਗਾ ਫਿਰ ਮੈਂ ਪੂਰਾ ਬਜਟ ਵਿੱਚ ਬਣਾਊਂਗਾ ਵੀ ਸਸਤੇ ਤੋਂ ਸਸਤਾ ਟੂਰ ਕਿੱਦਾਂ ਬਣਾਇਆ ਜਾਵੇ ਇਸ ਕੰਟਰੀ ਦਾ ਕੰਟਰੀ ਦੇ ਟੂਰ ਆਪਣੇ ਸ਼ੁਰੂ ਹੋ ਚੱਲੇ ਆ ਬਸ ਹੁਣ ਬਾਹਰ ਅੰਦਰ ਇੱਦਾਂ ਕਰੇਗਾ ਨਾ ਇੱਕ ਵਿੱਚ ਘਰਦਿਆਂ ਦਾ ਟੂਰ ਜਾਂ ਇੱਕ ਸੋਲੋ ਟੂਰ ਇੱਦਾਂ ਕਰਾਂਗੇ ਥੋੜ੍ਹਾ ਇੰਡੀਆ ਵੀ ਘੁੰਮਾਂਗੇ ਬਣਾਵਾਂਗੇ ਬਸ ਹੁਣ ਵਧੀਆ ਵਧੀਆ ਵੀਡੀਓ ਲੈ ਕੇ ਆਵਾਂ ਆਪਣਾ ਹੁਣ ਟਰੈਵਲ ਚੈਨਲ ਬਣਾਉਣਾ ਹੁਣ ਟਰੈਵਲ ਵਾਲੀ ਵੀਡੀਓ ਆਉਣਗੀਆਂ ਇਹਦੇ ਪਰ ਨਵੇਂ ਨਵੇਂ ਚੀਜ਼ਾਂ ਤੁਹਾਨੂੰ ਦਿਖਾਈਏ ਆਪਾਂ ਅਤੇ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ।